असीं तां इहनां नूं गैरत दिलांदे आं, इत्थे 70,000 कुड़ियां चलियां गईयां, उहनां दीआं इज्जतां दे बदले तुसीं पाकिस्तान च पैजाशियां करदे हो। इह मैं गल करदा नहीं, बड़ी डाढ़ी गल है। तुसीं तां मुड़ के उहनां धीआं नूं पुछिआ ही नहीं, तुसीं तां इत्थे लग गए अयाशियां च, तुसीं तां पलाजे ते हर चीज़ां बणा, तुसीं तां पुछिआ कि 70,000 मुसलमानां दीआं धीआं हिंदू सिख जमदिआं मर गईयां। हर रोज़ दीवार नाल कन लांदीआं सन कि अज महमूद गज़नवी आया सानू छुड़ा के लै जाएगा। तुसी मुंह भी खान जोगे हो दुनिया नूं, शुक्र नहीं करदे लबैक वाले, तुहानू अपना सबक याद करांदे। मत कोई समझे कि असी कुफर दे पिछे चलदिआं चलदिआं कुफर दीआं कदी जनाब ਉਹ ਉਹਨਾਂ ਦੀਆਂ ਜਿਤਨੀ ਵੀ ਤਮੰਨਾਵਾਂ ਨੇ ਉਹ ਖਤਮ ਹੋ ਜਾਣਗੀਆਂ। ਉਹਨਾਂ ਕਦੋਂ ਦੀਆਂ ਤਮੰਨਾ ਸ਼ੁਰੂ ਕੀਤੀਆਂ? 72 ਸਾਲ ਹੋ ਗਏ ਕਰਦਿਆਂ ਕਰਦਿਆਂ। ਅੱਜ ਤੁਸੀਂ ਇਸਲਾਮ ਨੂੰ ਦੇਸ਼ ਨਿਕਾਲਾ ਦੇਣਾ ਚਾਹੁੰਦੇ ਹੋ ਪਾਕਿਸਤਾਨ 'ਚੋਂ। ਦੋ ਕੌਮੀ ਨਜ਼ਰੀਆ ਚਾਹੀਦਾ ਤਾਂ ਇਹ 14 ਅਗਸਤ ਤੋਂ ਪਹਿਲੇ ਸਰਕਾਰੀ ਸਤ੍ਹਾ 'ਤੇ ਤਰਾਨੇ ਚੱਲ ਜਾਣ, ਪਾਕਿਸਤਾਨ ਕਾ ਮਤਲਬ ਕਿਆ, ਦਸਤੂਰੇ ਰਿਆਸਤ ਕਿਆ ਹੋਗਾ। ਚਾਹੀਦਾ ਤਾਂ ਇਹ ਕਿ 14 ਅਗਸਤ ਜਦੋਂ ਸ਼ੁਰੂ ਹੋਵੇ, 1 ਅਗਸਤ 'ਤੇ ਪਾਕਿਸਤਾਨ ਕਿੰਝੇ ਬਣਿਆ, ਕਿਹੜੇ ਕਿਤਨੇ ਖੂਨ ਦੀਆਂ ਨਦੀਆਂ ਵਹੀਆਂ, ਕਿਤਨੇ ਸਿਰ ਕੱਟੇ, ਕਿਤਨੀਆਂ ਇਸਮਤਾਂ ਲੁੱਟੀਆਂ, ਕਿਤਨੇ ਘਰ ਉਜੜੇ, ਕਿਤਨੇ ਜਨਾਬ ਦਰਿਆ ਰੰਗੀਨ ਹੋ ਗਏ, ਕਿਤਨੇ ਖੂਹ ਭਰੇ ਗਏ। ਇਹ ਸਾਰੀਆਂ ਦਾਸਤਾਨਾਂ ਨੌਜਵਾਨ ਬੱਚਿਆਂ ਨੂੰ ਬਜਾਏ ਇਸ ਕੇ ਮੋਟਰਸਾਈਕਲ ਦੀਆਂ ਜਨਾਬ ਉਹ ਕੱਢ ਕੇ ਕੁਪੀਆਂ ਅਤੇ ਜਨਾਬ ਟੜਾਂ ਟੜਾਂ ਮੁੰਡੇ ਇੱਥੋਂ ਮੋਟਰਸਾਈਕਲ ਦੌੜਾਂ ਅਤੇ ਜਨਾਬ ਮਾਲ 'ਤੇ ਮਾਲ ਤੋਂ ਦੌੜਾਂ ਅਤੇ ਜਨਾਬ ਪੁਲ ਤੋਂ ਦੌੜਾਂ ਅਤੇ ਕੁੜੀਆਂ ਜਨਾਬ ਸੁਰਲੀਆਂ ਪਟਾਕੇ ਲੈ ਕੇ ਖੜੀਆਂ ਹੋਣ, ਉਹ ਮੁੰਡਿਆਂ 'ਤੇ ਸੁੱਟਣ ਅਤੇ ਮੁੰਡੇ ਕੁੜੀਆਂ 'ਤੇ ਸੁੱਟਣ। ਕੀ ਹੋਇਆ ਜੀ? ਜਣੇ ਆਜ਼ਾਦ ਹੋ ਗਏ। ਮੈਂ ਕਿਹਾ ਗੈਰਤ ਕੋਲੋਂ ਆਜ਼ਾਦ ਹੋ ਗਏ, ਸ਼ਰਮ ਕੋਲੋਂ ਆਜ਼ਾਦ ਹੋ ਗਏ, ਈਮਾਨ ਕੋਲੋਂ ਆਜ਼ਾਦ ਹੋ ਗਏ। ਆਜ਼ਾਦ ਤਾਂ ਅਸੀਂ ਹੋਏ ਕੁਫਰ ਕੋਲੋਂ, ਔਰ ਪਾਬੰਦ ਹੋਏ ਇਸਲਾਮ ਦੇ। ਹਾਂ, ਜਿਹੜੀਆਂ ਹਰਕਤਾਂ ਤੁਸੀਂ ਕਰ ਰਹੇ ਹੋ ਇਹ ਤਾਂ ਇਸਲਾਮ ਇਹਨਾਂ ਦੀ ਇਜਾਜ਼ਤ ਨਹੀਂ ਦਿੰਦਾ।